ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਦੁਆਰਾ ਇੱਕ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਅਤੇ ਇਹ ਕਤਲ ਰਾਤ ਹੀ ਕੀਤਾ ਗਿਆ ਸੀ। ਉੱਥੇ DSP ਸਹੋਤਾ ਦੇ ਮੁਤਾਬਕ ਆਰੋਪੀਆਂ ਦੁਆਰਾ 23 ਸਾਲਾ ਨੌਜਵਾਨ ਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਕੇ ਉਸਦਾ ਕਤਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪੁਲਿਸ ਦੁਆਰਾ ਰਾਤ 'ਚ ਨਾਕਾਬੰਦੀ ਦੌਰਾਨ ਇਹਨਾਂ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਦੇ ਖਿਲਾਫ ਧਾਰਾ 302 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਉੱਥੇ DSP ਸਹੋਤਾ ਦੇ ਮੁਤਾਬਕ ਅੱਜ ਇਸ ਨੌਜਵਾਨ ਨੇ ਵਿਦੇਸ਼ ਜਾਣਾ ਸੀ, ਪਰ ਜਿਨ੍ਹਾਂ ਲੋਕਾਂ ਦੇ ਵੱਲੋਂ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਹ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਉੱਥੇ ਹੀ ਅੱਜ ਉਸ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਮ੍ਰਿਤਕ ਦੇ ਚਾਚਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਅੱਜ ਵਿਦੇਸ਼ ਜਾਣਾ ਸੀ, ਪਰ ਕੁਝ ਲੋਕਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉੱਥੇ ਹੀ ਉਹਨਾਂ ਕਿਹਾ ਕਿ ਉਹ ਉਸਦੀ ਮ੍ਰਿਤਕ ਦੇਹ ਨੂੰ ਲੁਕਾਉਣ ਲਈ ਜਗ੍ਹਾ ਜਗ੍ਹਾ ਤੇ ਘੁੰਮ ਰਹੇ ਸੀ, ਪਰ ਪੁਲਿਸ ਦੁਆਰਾ ਇਹਨਾਂ ਨੂੰ ਦਬੋਚ ਲਿਆ ਗਿਆ ਹੈ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਲਖਵਿੰਦਰ ਸਿੰਘ ਜੀ, ਕਿੱਥੋਂ ਰਹਿਣ ਵਾਲੇ ਜੀ? ਚੈਨਪੁਰ ਦੇ ਜੀ। ਕੀ ਆਇਆ ਜੀ ਆਪਣਾ? ਸਾਡਾ ਭਤੀਜਾ ਜੀ ਜਿਹੜਾ ਰਾਤ ਦੇ ਮੁਰਾਦਪੁਰ ਵਾਲਿਆਂ ਨੇ ਮੁੰਡਿਆਂ ਨੇ ਮਾਰਸਾ ਰਾਤੀ ਆਪਣੇ ਘਰ ਹੀ ਸੱਦ ਕੇ ਤੇ ਆਪ ਹੀ ਮਾਰ ਕੇ ਤੇ ਮੁੜ ਕੇ ਰਾਹ ਦੀ ਗੱਡੀ 'ਚ ਪਾ ਕੇ ਤੇ ਲੈ ਗਏ। ਰਾਮਤੀਰਥ ਰੋਡ ਤੋਂ ਮੁੜ ਕੇ ਫੜੇ ਗਏ ਜੀ। ਰਾਮਤੀਰਥ ਰੋਡ ਤੋਂ ਫੜੇ ਗਏ ਤੇ ਮੁੜ ਕੇ ਅਸੀਂ ਦਿਨੇ ਆਏ ਦਿਨੇ, ਫਿਰ ਹੁਣ ਜਾਂ ਮਰਾਸ ਇੱਥੇ ਮੋਈ ਥਾਣੇ ਦੇ ਵਿੱਚ ਵੀ ਹੋ ਗਿਆ, ਉੱਥੇ FIR ਕਟਾ ਗਏ ਹੈ। ਹੁਣ ਪੋਸਟਮਾਸਟਰ ਆ, ਪੋਸਟਮਾਸਟਰ ਤੋਂ ਪਤਾ ਲੱਗੂਗਾ ਜੀ ਇਹ ਤਾਂ ਪੁਲਿਸ ਭਾਵੇਂ ਆ ਕੇ ਜਾਵੇ, ਓਵਰਡੋਜ਼ ਆ ਤਾਂ ਓਵਰਡੋਜ਼ ਹੋਵੇ ਤਾਂ ਇਹਨਾਂ ਨੂੰ ਨਸ਼ੇ ਵਾਲੇ ਫੜ ਨਹੀਂ ਸਕਦੇ, ਨਸ਼ੇ ਇਹਨਾਂ ਨੇ ਫੜਨੇ ਆ, ਆਮ ਬੰਦਾ ਪਬਲਿਕ ਤਾਂ ਫੜ ਨਹੀਂ ਸਕਦੀ। ਕੀ ਨਾਂ ਸੀ ਮੁੰਡੇ ਦਾ, ਕਿੰਨੀ ਉਮਰ ਸੀ? ਇਹਦੀ 25 ਸਾਲ ਉਮਰ ਆ ਜੀ, ਜਗਜੀਤ ਸਿੰਘ ਨਾਂ ਆ। ਕਿੱਥੇ ਪਹਿਲਾਂ ਗਿਆ ਸੀ ਅਤੇ ਕਿੱਥੇ ਦੁਬਾਰਾ ਜਾਣਾ ਸੀ? ਬਹਰੀਨ 'ਚ ਪਹਿਲਾਂ ਵੀ ਗਿਆ ਜੀ, 1 ਸਾਲ ਪਹਿਲਾਂ ਆਇਆ ਵਾ, 4 ਸਾਲ ਉਦੋਂ ਹੋ ਗਏ ਸੀ ਇਹਨੂੰ ਕਹਿ ਨੂੰ, ਅਤੇ ਹੁਣ ਫਿਰ ਇਹ ਦੂਜਾ ਮਰਾ 4 ਤਰੀਕ ਨੂੰ ਗਿਆ ਅਤੇ 4 ਤਰੀਕ ਨੂੰ ਕੋਈ ਵਿਜੇ ਦੇ ਵਿੱਚ ਦੂਜਾ ਮਰਾ ਨੁਕਸ ਪੈ ਗਿਆ ਅਤੇ ਹੁਣ ਅੱਜ ਫਿਰ ਉਹਦਾ ਵੀਜ਼ਾ ਆਇਆ ਅਤੇ ਕੱਲ੍ਹ ਨੂੰ ਉਹਦੀ ਫਲੈਟ ਸੀ, ਉਹਨਾਂ ਜਾਣਾ। ਨਹੀਂ ਜੀ, ਨਸ਼ਾ ਤਾਂ ਕੋਈ ਕੀਤਾ ਹੀ ਨਹੀਂ, ਨਸ਼ਾ ਅਸੀਂ ਕਿਸ ਤਰ੍ਹਾਂ ਕੀ ਕਰਦਾ ਸੀ? ਹਾਂਜੀ, ਸਾਜਿਸ਼ ਕੀਤੀ ਗਈ ਆ, ਮੰਨ ਲਓ ਯਾਰ ਸੀ, ਇਹਦੇ ਕੋਲ ਰੁਪਈਆ ਵੀ 40,000 ਹੈਗਾ ਸੀਗਾ, ਸ਼ਾਇਦ ਰੁਪਈਆ 'ਤੇ ਮਾਰਤਾ, ਰੁਪਈਆ ਅਸੀਂ ਜਾਂਦਾ ਇੱਕ ਵੀ ਨਹੀਂ, ਸਾਡੇ ਪਤਾ ਹੀ ਨਹੀਂ ਕਿ ਕਿੱਥੇ ਅਤੇ ਕਿੱਥੇ ਨਹੀਂ। ਜਦੋਂ ਵਾਪਸ ਆਇਆ ਬਹਿਰੀਨ ਤੋਂ ਤੁਹਾਨੂੰ ਮਿਲਿਆ ਨਹੀਂ ਆ ਕੇ? ਨਹੀਂ ਜੀ, ਦਿੱਲੀਓਂ ਵਾਪਸੀ ਆ ਗਿਆ ਨਾ, ਬਹਿਰੀਨ 'ਚ ਨਹੀਂ ਨਾ ਹੁਣ ਗਿਆ, ਦਿੱਲੀਓਂ ਟਿਕਟ ਵਾਪਸੀ ਹੋ ਗਈ 4 ਤਰੀਕ ਨੂੰ, ਇੱਥੋਂ ਗਿਆ ਵਾ ਦਿੱਲੀ, 5 ਤਰੀਕ ਨੂੰ ਉੱਥੋਂ ਨਹੀਂ ਕੋਈ ਗੱਲ ਬਣੀ, ਸ਼ੇਰ ਉਹਨਾਂ ਸਟੈਂਪ ਲਾਤੀ ਅਤੇ ਮੁੜ ਕੇ ਵੀ ਤੁਸੀਂ ਚੱਲ ਜਾ ਬਾਹਰ। ਮੰਗ ਸਾਡੀ ਇਹ ਆ ਵੱਧ ਤੋਂ ਵੱਧ ਦੂਜਾ ਮਰਾ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਪਤਾ ਲੱਗੇ ਵੀ ਬੰਦੇ ਕਿਸ ਤਰ੍ਹਾਂ ਮਾਰੀ ਦੇ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਪੁਲਿਸ ਵੱਲੋਂ ਤਾਂ ਇਹ ਦੱਸਦੇ ਆ ਜੀ, ਹਾਂ 302 ਦਾ ਪਰਚਾ ਕਰਤਾ ਵਾ 3 ਦੇ, ਤੇ ਸੈਟੀਸਫਾਈਡ ਹੋ ਦੇ ਠੀਕ ਹੋ, ਤੁਹਾਨੂੰ ਲੱਗ ਠੀਕ ਸਮਝਦੇ ਕਿ ਹੋ ਗਿਆ ਜਿਹੜਾ? ਨਹੀਂ ਜੀ, ਜੇ ਤਾਂ 302 ਦਾ ਹੋਊ ਤਾਂ ਸਹੀ ਸਹੀ ਸਲਾਮਤ ਆ, ਅਤੇ ਜੇ ਉਹਨਾਂ ਫਿਰ ਹੋਰ ਕੋਈ ਲਾਤੀ ਤਾਂ ਫਿਰ ਸਾਡੇ ਵਾਸਤੇ ਕੀ? ਅਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਇਸ ਤਰ੍ਹਾਂ ਦੇ ਲੋਕਾਂ ਤੋਂ ਸ਼ਿਕਾਰ ਹੋ ਰਹੇ ਨੇ, ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਵੇਖੋ ਜੀ, ਉਹ ਤਾਂ ਆਪਣੀ ਨੂੰ ਗਿਆ ਸੀਗਾ, ਦੂਜਾ ਮਹਾਰਾਜ ਜਾਂਦੇ ਵੀ ਆ, ਮੁੰਡੇ ਬਾਹਰ ਵੀ ਜਾਂਦੇ ਆ, ਇਹਦਾ ਤਾਂ ਹੁਣ ਇਹਦਾ ਰੰਜਕ ਹੋਊਗੀ, ਚਾਹੇ ਕੋਈ ਗੱਲਬਾਤ ਹੋਊ ਤਾਂ ਫਿਰ ਹੀ ਇੱਥੇ ਸੱਦਿਆ ਨਾ। ਕੋਈ ਪਹਿਲਾਂ ਵੈਰ ਵੂਰ ਤਾਂ ਨਹੀਂ ਸੀ ਕਿਸੇ ਤਰ੍ਹਾਂ ਰੰਜੀ? ਨਹੀਂ, ਪਹਿਲਾਂ ਨਹੀਂ, ਪਹਿਲਾਂ ਇਕੱਠੇ ਰਹਿੰਦੇ ਰਹੇ ਨੇ, ਜਦੋਂ ਬਾਹਰ ਵੀ ਗਿਆ ਉਹ ਤੋਂ 4 ਸਾਲ ਪਹਿਲਾਂ ਇਕੱਠੇ ਰਹੇ ਨੇ, ਦੂਜਾ ਮਹਾਰਾਜ ਰਿਸ਼ਤੇਦਾਰੀ ਨਹੀਂ, ਯਾਰੀ ਬਾਸ਼ੀ ਕਰਕੇ ਆ, +2 ਇਹਨੇ ਕੀਤੀ ਆ, +2 ਕਰਕੇ ਹੋ ਸਕਦਾ ਉਦੋਂ ਦੇ ਯਾਰ ਹੋਣ ਕਿਤੇ, ਹੋਰ ਕੋਈ ਹੋਰ ਨਹੀਂ ਕਿਤੇ ਆਏ ਸੀ, ਕੱਢ ਸੀ ਥਾਣੇ 'ਚ ਕੇਸ, ਕਮੋ ਥਾਣੇ ਜੀ। ਠੀਕ ਹੈ ਜੀ। ਜੀ, ਅੱਜ ਸੁਬਹਾ ਜਗਜੀਤ ਸਿੰਘ ਜੱਗੀ ਨਾਮ ਦੇ ਇੱਕ ਲੜਕੇ ਦੀ, ਜਿਹਦੀ ਕਿ ਉਮਰ 25 ਸਾਲ ਦੇ ਅਰਾਊਂਡ ਹੈ, ਵਾਸੀ ਚੈਨਪੁਰ PS ਰਾਜਸਥਾਨ ਸੀ ਇਹ ਲੜਕਾ ਸੀਗਾ, ਇਹਦੀ ਡੈੱਡ ਬੋਡੀ ਮਿਲੀ ਹੈ। ਇਹ ਕੱਲ੍ਹ ਇਹ ਲੜਕਾ ਆਪਣੇ ਜਾਣਕਾਰੀ ਸੀਗੇ ਇਹਦੇ ਨਵਦੀਪ ਸਿੰਘ ਅਤੇ ਗੁਰਵਿੰਦਰ ਸਿੰਘ, ਵਾਸੀ ਮੁਰਾਦਪੁਰਾ ਥਾਣਾ ਕੰਬੋ, ਉਹਨਾਂ ਕੋਲ ਗਿਆ ਸੀਗਾ।
ਉੱਥੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦਾ ਕੋਈ ਪੈਸਿਆਂ ਦੇ ਲੈਣ ਦੇਣ ਦੀ ਕਰਕੇ ਹੀ ਇਹਨਾਂ ਦੀ ਆਪਸੀ ਟਸਲ ਚੱਲ ਰਹੀ ਸੀਗੀ, ਅਤੇ ਉਸੇ ਟਸਲ ਦੇ ਕਰਕੇ ਕੱਲ੍ਹ ਇਹ ਦੋ ਲੜਕਿਆਂ ਨੇ ਇਹਨੂੰ ਕੁਛ ਖਵਾ ਪਿਆ ਦਿੱਤਾ, ਜਿਹਦੇ ਕਰਕੇ ਇਹਦੀ ਉੱਥੇ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਉਹਨਾਂ ਨੇ ਨਾ ਤਾਂ ਕਿਸੇ ਨੂੰ ਇਤਲਾਹ ਦਿੱਤੀ ਜਾਂ ਜਿਹੜਾ ਇਹ ਫਿਰ ਇਹਨਾਂ ਹਨੇਰੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਕਿ ਰਾਤ ਦੇ ਟਾਈਮ ਇਹ ਬੋਡੀ ਨੂੰ ਡਿਸਪੋਜ਼ ਆਫ ਕਰਨ ਦੀ, ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਇਹ ਬੋਡੀ ਨੂੰ ਬਲੈਰੋ ਗੱਡੀ, ਆਪਣੀ ਪ੍ਰਾਈਵੇਟ ਬਲੈਰੋ ਗੱਡੀ ਦੇ ਵਿੱਚ ਪਾ ਕੇ ਇਹਨੂੰ ਲੈ ਕੇ ਜਾ ਰਹੇ ਸੀਗੇ। ਸਾਡਾ ਥਾਣਾ ਛਿਆਟੇ ਦਾ ਅੰਡਰ ਘਣੂਪੁਰ ਕਾਲਾ ਨਾਕਾ ਆਉਂਦਾ, ਉਹ ਨਾਕੇ ਦੇ ਇਸ ਬਲੈਰੋ ਗੱਡੀ ਦੀ ਚੈਕਿੰਗ ਕੀਤੀ ਗਈ, ਅਤੇ ਜੋ ਚੈਕਿੰਗ ਕੀਤੀ ਗਈ ਉਹਦੇ ਵਿੱਚ ਇੱਕ ਡੈੱਡ ਬੋਡੀ ਬਰਾਮਦ ਹੋਈ। ਉਸ ਦੀ ਸ਼ਨਾਖਤ ਕਰਕੇ ਫਿਰ ਉਹਨਾਂ ਨੇ ਕੰਸਰਨ ਥਾਣੇ ਨੂੰ ਇਤਲਾਹ ਦਿੱਤੀ। ਜਦੋਂ ਥਾਣੇ ਨੂੰ ਇਤਲਾਹ ਦਿੱਤੀ ਅਤੇ ਅਸੀਂ ਇਹ ਜਿਹੜੇ ਅਕਿਊਜ਼ਡ ਬੰਦੇ ਆ ਉਹਨਾਂ ਨੂੰ ਰਾਊਂਡ ਅਪ ਕੀਤਾ ਅਤੇ ਅੱਗੇ ਬਣਦੀ ਕਾਰਵਾਈ ਕੀਤੀ ਹੈ। ਬਣਦੀ ਕਾਰਵਾਈ ਤਹਿਤ ਅਸੀਂ FIR 148 ਰਜਿਸਟਰ ਕੀਤੀ ਅੰਡਰ ਸੈਕਸ਼ਨ 302, 201, 34 IPC ਥਾਣਾ ਕੰਬੋ। ਇਹਦੇ ਵਿੱਚ ਤਿੰਨੋਂ ਅਕਿਊਜ਼ ਜਿਹੜੇ ਨੇ ਉਹ ਫੜ ਲਏ ਗਏ ਨੇ, ਉਹਨਾਂ ਦੀ ਅਰੈਸਟ ਪਾ ਕੇ ਉਹਨਾਂ ਨੂੰ ਕੱਲ੍ਹ ਪ੍ਰੋਡਿਊਸ ਕੀਤਾ ਜਾਏਗਾ ਅਤੇ ਰਿਮਾਂਡ ਲੈ ਕੇ ਇਹਨਾਂ ਦੇ ਜਿਹੜੀ ਵਜ੍ਹਾ ਰੰਜਿਸ਼ ਹੈ ਉਹਨੂੰ ਹੋਰ ਚੰਗੀ ਤਰੀਕੇ ਨਾਲ ਇਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸਾਰਾ ਲੜਕਾ ਵਿਦੇਸ਼ ਜਾਣ ਦੇ ਲਈ ਤਿਆਰ ਸੀਗਾ ਕੁਛ? ਲੜਕਾ ਪਹਿਲੋਂ ਵੀ ਵਿਦੇਸ਼ ਟਾਈਮ ਲਗਾ ਕੇ ਆਇਆ ਸੀਗਾ, ਬਹਿਰੀਨ ਟਾਈਮ ਲਗਾ ਕੇ ਆਇਆ ਸੀਗਾ, ਅਤੇ ਹੁਣ ਵੀ 6 ਤਰੀਕ ਨੂੰ ਘਰਦਿਆਂ ਦੇ ਅਕੋਰਡਿੰਗਲੀ ਇਹ ਬਾਹਰ ਜਾਣ ਦੀ ਤਿਆਰੀ ਵਿੱਚ ਹੀ ਸੀਗਾ, ਬਟ ਗਿਆ ਨਹੀਂ ਸੀਗਾ, ਇੱਥੇ ਹੀ ਰਹਿ ਰਿਹਾ ਸੀਗਾ। ਅਤੇ ਹੋ ਸਕਦਾ ਇਹਨਾਂ ਪੈਸਿਆਂ ਦੇ ਟਸਲ ਕਰਕੇ ਹੀ ਉਹ ਬਾਹਰ ਨਾ ਜਾ ਪਾਇਆ ਹੋਵੇ, ਅਤੇ ਉਸੇ ਵਜ੍ਹਾ ਦੇ ਕਰਕੇ ਅੱਜ ਜਿਹੜਾ ਅੱਜ ਦੀ ਮੌਤ ਦਾ ਕਾਰਨ ਬਣਿਆ। ਸਰ ਉਹ ਪਰਿਵਾਰ ਨੇ ਕਿਹਾ ਕਿ ਕੁਛ ਪੈਸੇ ਵੀ ਸੀਗੇ ਲੜਕੇ ਕੋਲੋਂ, ਕੁਛ ਬਰਾਮਦ ਹੋਏ ਸੀ ਜੋ ਉਹੀ ਗੱਲ ਮੈਂ ਇਨੀਸ਼ਲੀ ਕਹਿ ਰਿਹਾ ਨਾ, ਪਰਿਵਾਰ ਵਾਲਿਆਂ ਨੇ ਸਾਨੂੰ ਦੱਸਿਆ ਕਿ ਜਦੋਂ ਘਰੋਂ ਲੜਕਾ ਗਿਆ ਸੀਗਾ ਇਹਦੇ ਕੋਲ ਕੁਝ ਅਮਾਊਂਟ ਸੀਗੀ, ਅਤੇ ਅੱਜ ਜਦੋਂ ਇਹਦੀ ਬੋਡੀ ਮਿਲੀ ਹੈ ਇਹਦੇ ਕੋਲ ਕੋਈ ਵੀ ਅਮਾਊਂਟ ਨਹੀਂ ਹੈ। ਮੇ ਬੀ ਉਹੀ ਕਾਰਨ ਬਣਿਆ ਹੋਵੇ ਇਹ ਦੋਨਾਂ ਪਾਰਟੀਆਂ ਦੀ ਆਪਸੀ ਟਸਲ ਦਾ ਅਤੇ ਲੜਕਿਆਂ ਦੇ ਵਿੱਚ ਜਿਹੜੀ ਰੰਜਿਸ਼ਬਾਜ਼ੀ ਹੋਣ ਦਾ ਉਹੀ ਕਾਰਨ ਬਣਿਆ। ਅੰਡਰ ਸੈਕਸ਼ਨ ਸਰ ਅੰਡਰ ਸੈਕਸ਼ਨ 302 ਮਰਡਰ, ਅਤੇ 201 ਜਿਹੜਾ ਉਹਨਾਂ ਨੇ ਖੁਰਦਬੁਰ ਕਰਨ ਦੀ ਕੋਸ਼ਿਸ਼ ਕੀਤੀ, ਅਤੇ 34 ਜਿਹੜੀ ਇਹਨਾਂ ਦੇ ਨਾਲ ਇਹਨਾਂ ਸਾਰੀ ਸਾਜਿਸ਼ ਤਹਿਤ ਇਹਨਾਂ ਨੂੰ ਕੀਤਾ। ਬੁਲੰਦ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।